बिस्मिल्लाहिर्रहमानिर्रहीम, अस्सलाम वालेकुम। मैं आपका वीर दोस्त गुलाम मुर्तज़ा, तुसी वेख रहे हो मुर्तज़ा टीवी। मेरे चैनल में सबसक्राइब करो, नाल एक बैल का बटन है वह भी ओके करो, क्योंकि हर वीडियो मेरे दोस्तों वीर जल्दी तो जल्दी पहुँच सके। अज दोस्तों लिए दो दाने लैके आए हैं, इंशाल्लाह उम्मीद करना दोस्तों बड़े पसंद आवेंगे। कहते कहते ने कि दूसरा सार तो फोसी डिगते थले जाए मज वो गिनी जाती है, तो मज वो मज ਖੋਸੀ ਕਰੇਗੀ ਸਾਰ ਤੇ ਲੱਗ ਤੇ ਥੱਲੇ ਡਿੱਗੇਗੀ। ਇੱਧਰ ਨੂੰ ਲਿਆ, ਇੱਧਰ ਨੂੰ ਲਾਇਆ, ਇੱਧਰ ਨੂੰ ਤੁਸੀਂ ਲਾ ਦੇ ਸੁਣ ਲਾ, ਇੱਧਰ ਨੂੰ ਲਾ। ਤੁੰਨੀ ਕੌੜੀ ਕੱਦ ਸ਼ਾਨ ਤੁਸੀਂ ਦੇਖਣਾ, ਪਸ਼ਮ ਵੇਖ ਲਓ ਉੱਤੇ ਕਿੰਨੀ ਕਿੰਨੀ ਮੱਝਦੇ ਮਾਸ਼ਾਲਾ। ਚੂਰਕੁੰਡੇ ਸਿੰਘ ਨੇ ਕਾਲੀ ਸ਼ਾਹ ਮੱਝ ਪਸ਼ਮ ਵੇਖ ਲਓ ਕਿੱਡੀ ਕਿੱਡੀ ਉੱਤੇ ਖੂਬਸੂਰਤ ਹੈ ਮਾਸ਼ਾਅੱਲਾ। ਕੀ ਗੱਲ, ਮੈਥੋਂ ਡਰਦੀ ਹੈ ਕਹਿੰਦੀ, ਖਰੇ ਡਾਕਟਰ ਆਇਆ ਹੋਣਾ। ਕੀ ਗੱਲ ਹੈ, ਬਸ ਇੱਕ ਕੱਡੀ ਦੀ ਛੋਟੀ ਹੈ, ਵੱਖੀ ਵੇਖੋ ਦੋਸਤੋ, ਪਛਾਣ ਤੁਸੀਂ ਕਰਨੀ ਹੈ। ਅੱਗੇ ਖਲੋਵੇ ਨਾ ਯਾਰ, ਕੋਸੀ ਵੇਖ ਲਓ ਸਾਰ ਤੇ ਉੱਤੇ ਲੱਗ ਤੇ ਥੱਲੇ ਡਿੱਗੇ ਦੀ ਮੱਝ ਉਹ ਗਿਣੀ ਜਾਂਦੀ ਹੈ। ਵਾਨਾ ਮਾਸ਼ਾਅੱਲਾ, ਕਹਿ ਦੇਣਾ ਥੱਬਿਆਂ ਦੇ ਵਾਨੇ, ਇਹਨੂੰ ਆਉਂਦੇ ਨੇ ਥੱਬਿਆਂ ਦੇ ਵਾਨੇ। ਅਤੇ ਖੂਬਸੂਰਤ ਵੇਖੋ ਜੀ, ਕਿੰਨਾ ਫੁੱਟ ਫੁੱਟ ਚੱਡਾ ਬਾਹਰ ਹੈ। ਥਣ ਵੀ ਮਾਸ਼ਾਅੱਲਾ ਚੰਗਾ ਲੱਗਿਆ, ਚਾਰੇ ਥਣ ਤਕਰੀਬਨ ਬਰਾਬਰ ਹੀ ਨੇ। ਪੁਛਲ ਵੇਖ ਲਓ ਬਰੀਕ, ਕਾਲੀ ਸ਼ਾਹ ਮੱਝ ਥੋੜ੍ਹੀ ਜਿਹੀ ਪੁਛਲ ਵੇ, ਬਰੀਕ ਥੋੜ੍ਹੀ ਜਿਹੀ ਪੁਛਲ, ਦੂਜੀ ਸਾਰੀ ਕਾਲੀ ਸ਼ਾਹ ਮੱਝ। ਵੇਖੋ ਮਾਸ਼ਾਅੱਲਾ ਵਾਨਾ ਦੇਖੋ, ਪੂਰੀਆਂ ਵੰਡਾਂ ਦੇ ਥਣ ਨੇ, ਪੂਰੇ ਵਿਲ ਨੇ, ਅਤੇ ਮਾਸ਼ਾਅੱਲਾ ਵਾਨਾ ਵੇਖੋ ਦੋਸਤੋ, ਸੂ ਚੱਕੀ ਖਲਾ। ਮੱਝ ਨੰਬਰ ਦੋ ਸੀ, ਮੱਝ ਨੰਬਰ ਇੱਕ ਵਿਖਾਣੇ ਆ, ਮੱਝ ਨੰਬਰ ਦੋ ਵਿਖਾਣੇ, ਮੱਝ ਨੰਬਰ ਇੱਕ ਸੀ, ਇਹਨੂੰ ਛੱਡ ਤੇ ਹੀ ਨਹੀਂ ਲਿਆਇਆ। ਸੋਹਣਾ ਥਣ ਲੱਗਿਆ, ਚੰਗਾ ਵਾਨਾ ਮਾਸ਼ਾਅੱਲਾ ਦਾ। ਵੱਖੀ
ਕੱਲ ਸ਼ਾਮ ਵੇਖ ਲਓ, ਪੁੱਠੇ ਵੇਖ ਲਓ ਦੋਸਤੋ, ਵਾਨਾ ਮਾਸ਼ਾਲਾ ਦੇਖੋ, ਪੈਰ ਥੋੜ੍ਹਾ ਜਗ੍ਹਾ 'ਚ ਚੰਗਾ ਵਾਨਾ ਮਾਸ਼ਾਲਾ, ਮੈਂ ਪੈਰ ਥੋੜ੍ਹਾ ਜਗ੍ਹਾ ਪੈਰ ਥੋੜ੍ਹਾ ਜਗ੍ਹਾ ਚੁੱਕੀ ਨਾ। ਚੱਲ ਟੋਰ ਮੱਠੀ ਮੱਠੀ ਟੋਰੀ ਮੱਠੀ ਮੱਠੀ, ਪਿਛਲੇ ਖੁਰ ਸਫੈਦ ਨੇ, ਕੁਸ਼ਲ ਸਫੈਦ ਹੈ, ਚੱਲ ਟੋਰ ਲਿਆ ਇੱਧਰ ਲਿਆ। ਚੰਗਾ ਕੱਦ ਹੈ, ਮੈਨੂੰ ਆਉਂਦੇ ਮੱਝਾਂ, ਮਾਈ ਨੰਬਰ 2 ਸੀ, ਦੂਜੀਆਂ ਗੱਲਾਂ ਮਾਲਕ ਤੋਂ ਪੁੱਛਣੇ ਆ ਕੀ ਇਹਦਾ ਹਿਸਾਬ ਕਿਤਾਬ। ਅੱਛਾ ਭਾਈ ਜਾਨ ਇੱਧਰ ਆਓ, ਹਾਂ ਇੱਧਰ ਆਓ, ਹਾਂ ਚਾਚਾ ਜੀ, ਸਲਾਮ ਅਲੈਕਮ ਜੀ, ਕੀ ਹਾਲ ਚਾਲ ਹੈ ਚਾਚਾ ਜੀ? ਅੱਛਾ ਚਾਚਾ ਜੀ, ਕਿਹੜੀ ਮੱਝ ਨੰਬਰ 2 ਦਿਖਾਈ ਹੈ, ਕਿਉਂਕਿ ਹੁਣ ਚਵਾਈ ਦਾ ਵੀ ਟਾਈਮ ਹੈ, ਮੈਂ ਚਵਾਈ ਵੀ ਕਰਾ ਲੈਣੀ ਹੈ, ਦੁੱਧ ਦੱਸਣਾ ਪੱਕਾ ਦੁੱਧ ਦੱਸਣਾ ਕਿੰਨਾ ਦੁੱਧ ਹੈ? ਚਲੋ ਕਿਰਾਇਆ ਭਾੜਾ ਛੱਡੇਗਾ ਨਾ, ਕਰ ਲਾਂਗੇ ਠੀਕ। ਅੱਛਾ ਮਾਝ ਨੰਬਰ ਕਿਹੜੀ 2 ਦਿਖਾਈ ਜਾਂਦਾ, ਉਹ ਪਹਿਲੇ ਨੰਬਰ ਵਾਲੀ ਕਿਹੜੀ ਦਿਖਾਈ ਜਾਂਦਾ ਸੁਬਾਹ ਕਿਨ ਮੈਂ ਕਿਹੜੀ ਉਹ ਪਹਿਲੇ ਨੰਬਰ ਵਾਲੀ ਮਾਝ ਦਿਖਾਈ ਤੀਸਰੇ ਸੂਬੇ ਜੈਨਮਨ। ਅੱਛਾ ਕਿਹੜੀ ਮਾਝ ਨੰਬਰ 2 ਹੈ, ਇਹ ਕਿਨਵੇਂ ਸੂਬੇ? ਇਹ ਦੂਜੇ ਸੂਬੇ ਜੈਨਮਨ ਦੂਜੇ। ਅੱਛਾ ਇਹ ਪਹਿਲੇ ਨੰਬਰ ਵਾਲੀ ਕਿੰਨੇ ਦਿਨਾਂ ਦੀ ਸੂਈ ਹੈ? 14 ਦਿਨ। ਅੱਛਾ ਤੇ ਐਮਆਈ ਨੰਬਰ 2 ਨੂੰ ਕਿੰਨੇ ਕੁ ਦਿਨ ਹੋ ਗਏ? ਇਹਨੂੰ 5-7 ਦਿਨ ਹੋ ਗਏ। ਇਹਦੇ ਥੱਲੇ ਦੁੱਧ ਕਿੰਨਾ? ਇਹਨੇ ਜਮੈਰਾ ਨਹੀਂ ਸਿੱਟਿਆ, ਇਹਦੇ ਥੱਲੇ ਦੁੱਧ ਹੈਗਾ 16 ਲੀਟਰ ਠੰਡਾ ਠੰਡਾ, 15-16 ਪੱਕਾ। ਅੱਛਾ ਤੇਰੇ ਨਾਲ ਉਹ ਨਹੀਂ ਲੋਕਾਂ, ਕਿੰਨਾ ਕੁ ਕਰ ਜਾਏਗੀ ਮੈਲਾ ਮੂਲਾ ਸੈੱਟ ਤੇ? 2 ਦਿਨ ਛਲਾ 20 ਗੜੀਆਂ ਕਰੇਗੀ, 20 ਗੜੀਆਂ ਕਰੇਗੀ। ਅੱਛਾ ਇਹਦਾ ਪਿਆਰ ਮੁਹੱਬਤ ਵਾਲਾ ਮੁੱਲ ਕੀ? ਇਹ 3.5 ਦਿਨ ਇਹਦੇ ਕੋਈ ਪਿਆਰ ਮੁਹੱਬਤ ਹੋ ਜਾਏਗਾ? ਪਹਿਲੇ ਨੰਬਰ ਵਾਲੀ ਮਾਝ ਥੱਲੇ ਬੱਚਾ ਛੱਡ ਗਿਆ, ਇਹਨੇ ਮਗਰ ਕੱਟੀ ਏ, ਦੋਨਾਂ ਮਗਰ ਕੱਟੀਆਂ ਨੇ ਠੀਕ। ਆ ਮਾਝ ਨੂੰ ਇੱਥੋਂ 4 ਦੇ ਯਾਰ, ਮੈਨੂੰ ਤੰਗ ਕਰੇਗੀ ਇੱਥੋਂ 4 ਦੇਣ।
ਚਾਚਾ ਨੂੰ ਮਾਝ ਨੂੰ ਫੋਰ ਦੇ ਇੱਥੇ ਯਾਰ। ਦੋਸਤੋ ਵੀਡੀਓ ਐਂਡ ਤੀਕਰ ਦੇਖਣੀ ਹੈ, ਦੋ ਮੱਝਾਂ ਦੀ ਤੁਹਾਨੂੰ ਚੁਆਈ ਦਿਖਾਵਾਂਗੇ ਅਤੇ ਇਨਸ਼ਾਅੱਲਾ ਟਾਈਮ ਤੋਂ ਟਾਈਮ ਕੋਈ ਦੋਸਤ ਆਖੇ ਟਾਈਮ ਤੋਂ ਟਾਈਮ ਮੈਂ ਰਾਇਸ਼ ਖਾਣਾ ਦਿਆਂਗਾ, ਟਾਈਮ ਤੋਂ ਟਾਈਮ ਇਨਸ਼ਾਅੱਲਾ ਆਪਣੀ ਤਸੱਲੀ ਕਰ ਦਿੱਲ ਜਾਵੇ, ਦੁੱਧ ਨਾ ਇੰਨਾ ਹੋਵੇ ਤਾਂ ਇਨਸ਼ਾਅੱਲਾ ਕਿਲੋ ਦਾ ਵਾਧਾ ਘਾਟਾ ਹੋ ਸਕਦਾ, ਲੇਕਿਨ ਮੈਂ ਆਉਣ ਜਾਣ ਦਾ ਕਿਰਾਇਆ ਦਿਆਂਗਾ ਅਗਰ ਦੁੱਧ ਨਾ ਇੰਨਾ ਹੋਵੇ। ਮੈਂ ਵਾਧਾ ਕਰਨਾ ਦੋਸਤਾਂ ਨਾਲ ਅਤੇ ਕਿਲੋ ਦਾ ਕੋਈ ਨਹੀਂ, ਕਿਲੋ ਦਾ ਵਾਧਾ ਘੱਟ ਹੋ ਸਕਦਾ। ਟਾਈਮ ਵੀ ਹੁਣ 5 ਵੱਜ ਗਏ ਹੁਣ, ਦਿਨ ਖਲਾ ਆ ਜੇ ਵੇਖ ਕਿੱਡਾ ਦਿਨ ਖਲਾ। ਪਰੋਂ ਚਾਚਾ ਥਾਨ ਚੈੱਕ ਕਰ ਲੈਂਦੀ ਮੈਨੂੰ, ਮੈਥੋਂ ਉਂਝ ਡਰਦੀ ਮੈਥੋਂ ਹੀ ਡਰੀ ਹੈ ਕਮਲੀ, ਮੈਂ ਤੈਨੂੰ ਕੀ ਆਉਂਦਾ ਪਿਆ, ਚੱਲ ਮੈਂ ਦੂਰ ਹੋ ਕੇ ਬਹਿ ਜਾਂਦਾ ਯਾਰ। ਪਹਿਲਾਂ ਗਾੜੀ ਮੈਂ ਚੋਈ ਹੁਣ ਤਸੱਲੀ ਕਰਨਾ ਖਾਣਾ ਮੇਰਾ ਫੋਨ ਨੰਬਰ 0344-79-80-676, ਵਟਸਐਪ ਵੀ ਹੈ, ਈਮੇਲ ਨੰਬਰ ਵੀ ਹੈ, ਇੱਕ ਨੰਬਰ ਜੈਜ਼ ਦਾ 0306-96-19-664, ਇੱਕ ਜ਼ੌਂਗ ਦਾ ਨੰਬਰ ਵੀ ਹੈਗਾ ਮੇਰਾ, ਉਹ ਵਿੱਚ ਲੱਗਿਆ ਹੁੰਦਾ ਅਤੇ ਕਿਸੇ ਦੋਸਤ ਨੂੰ ਅਗਰ ਪਸੰਦ ਆਉਂਦੀਆਂ ਨੇ ਮੇਰੇ ਨਾਲ ਰਾਬਤਾ ਕਰ ਸਕਦਾ, ਇਨਸ਼ਾਅੱਲਾ ਪਿਆਰ ਮੁਹੱਬਤ ਕਰਾਵਾਂਗੇ।
ਕੋਈ ਨਹੀਂ ਬਸ ਚੋ ਪਤਾ ਲੱਗ ਗਿਆ ਮੈਨੂੰ। ਮੈਥੋਂ ਮਾਝ ਡਰ ਗਈ ਕੱਟੇ ਨੂੰ ਮਾਰਦੀ ਉੱਧਰ ਹੋਣੀ। ਚੋ ਤਾਂ ਲਵੇ ਢਾਈ ਕਿਲੋ ਗਾੜੀ ਹੈਗੀ ਬਸ ਠੀਕ ਬਚੋ ਚੋ ਨਹੀਂ ਨਹੀਂ ਗੱਲ ਸਾਰੀ ਕਲੀਅਰ ਕਰਨੀ ਚਾਹੀਦੀ। ਮਾਂ ਜੀ ਕਿੰਨਾ ਕੁ ਦੁੱਧ ਕਰ ਜਾਏਗੀ ਤਕਰੀਬਨ, ਖੁਰਾਕ ਸ਼ਰਾਕ ਚੰਗੀ ਪਾਈਏ ਤਾਂ 20 ਤੋਂ ਟੱਪ ਜਾਣਾ। 20 ਤੋਂ ਟੱਪ ਜਾਏਗੀ। ਕੀ ਪਾ ਰਿਹਾ ਜੀ, ਵੰਡਾ ਮੁੰਡਾ ਪਾ ਰਿਹਾ ਜੀ? ਕੋਈ ਪੱਠਿਆਂ ਦੇ ਦੁੱਧ ਇੰਨਾ? ਮਾਸ਼ਾਅੱਲਾ ਬੜਾ ਦੁੱਧ ਹੈ ਯਾਰ, ਕਹਿ ਹੀ ਦਿੰਦੇ ਨੇ ਦੋਸਤ, ਕਹਿ ਹੀ ਦਿੰਦੇ ਨੇ ਦੁੱਧ ਨਹੀਂ ਦਿੰਦੀਆਂ। ਮਾਸ਼ਾਅੱਲਾ ਬੜੀ ਮੱਝ ਹੈ ਯਾਰ। ਦੁੱਧ ਤਾਂ ਫਿਰ ਜਿੰਨਾ ਪਾ ਉਹ ਤੋਂ, ਹੁਣ ਮੌਸਮ ਕਿੱਦਾਂ ਦਾ ਸੀ
ਜਿੰਨਾ ਪਾ ਉਨਾ ਹੀ ਕਰਮਾ ਦੇਣਾ। ਅੱਛਾ, ਤੇ ਦੂਜੇ ਸੂਬੇ ਕਿੰਨਾ ਦਿੰਦੀ ਰਹੀ? ਪਹਿਲੇ ਸੂਬੇ ਹੋ ਕੇ ਝੋਟੀ ਦੁੱਧ ਦਿੰਦੀ ਰਹੀ ਆ, 16-17 ਪੱਕਾ ਦੁੱਧ ਦਿੰਦੀ ਪਹਿਲੇ ਸੂਬੇ। ਤੂੰ ਅਜੇ ਉਹਨੇ ਮੈਲਾ ਮੂਲਾ ਸਿੱਟਿਆ ਕੋ ਨਹੀਂ? ਮੈਲਾ ਕੋ ਨਹੀਂ ਸਿੱਟਿਆ। ਇਹ ਕੋ ਨਹੀਂ ਸਿੱਟਿਆ? ਤੇ ਫਿਰ 20 ਕਿਲੋ ਕਰੇਗੀ ਦੁੱਧ ਯਾਰ? 20 ਤੋਂ ਟੱਪੇਗੀ। 20 ਤੋਂ ਟੱਪੇਗੀ? 20 ਤੋਂ ਟੱਪੇਗੀ ਇਨਸ਼ਾਅੱਲਾ। ਇਹ ਘਰ ਦੀ ਹੈ? ਘਰ ਦੀ। ਇਹਦੀ ਕੱਟੀ ਕਿਹੜੀ? ਹੈ ਇਹਦੀ ਪਹਿਲੇ ਸੂਬੇ ਦੀ ਕੱਟੀ ਕਿੱਥੇ? ਉਹ ਖੜੀ ਉਹ ਜੀ ਪਹਿਲੇ ਸੂਬੇ ਦੀ ਕੱਟੀ ਹੈ ਉਹ ਖੜੀ। ਬਾਲਟੀ ਕਿੰਨੇ ਕਿਲੋ ਦੀ? ਬਾਲਟੀ ਹੈਗੀ 8.5 ਕਿਲੋ। 8.5 ਕਿਲੋ ਤੇ ਹੁਣ ਦੁੱਧ ਕਿੰਨਾ ਦੇਵੇਗੀ? ਇਹ ਬਾਲਟੀ 'ਚ ਨਹੀਂ ਆਉਣਾ ਜੀ, ਅੱਗੇ ਗਾੜੀ ਮੈਂ ਬੱਚੇ ਨੂੰ ਪਿਆ ਦਿੰਦਾ ਹੁੰਦਾ, ਅੱਜ ਗਾੜੀ ਪਿਆਈ ਨਹੀਂ ਗੀ, ਦੁੱਧ ਬਾਲਟੀ 'ਚ ਨਹੀਂ ਆਉਣਾ। ਚਲੋ ਬਸ ਬਾਲਟੀ 'ਚ ਚੋਲ ਆ, ਦੂਸਰਾ ਬੱਚੇ ਨੂੰ ਛੱਡ ਦੇ। ਦੁੱਧ ਦੱਸਿਆ ਕਿੰਨਾ ਤੁਸੀਂ? ਪੱਕਾ ਇਹਦਾ ਕੋਈ 16 ਲੀਟਰ ਦੁੱਧ ਮੈਂ ਦੱਸਦਾ, ਵੱਧ ਆ 16 ਤੋਂ। ਠੀਕ ਹੈ ਜੀ, ਅਸੀਂ 16 ਹੀ ਦੱਸਦੇ, ਕਿਉਂਕਿ ਬੰਦਾ ਜਿਹੜਾ ਪੈਂਪਰਾ ਦੂਰੋਂ ਚੱਲ ਗਿਆ ਉਹਨੂੰ ਧੋਖਾ ਨਾ ਹੋਵੇ। ਸਹੀ, ਬੜੀ ਅੱਛੀ ਗੱਲ ਹੈ। ਆਹੀ ਤਾਂ ਗੱਲ ਹੋਏਗਾ, ਘੱਟ ਨਾ ਹੋਏਗਾ, ਇਹ ਤਾਂ ਗੱਲ ਹੁੰਦੀ ਜੀ ਸਰ, ਬੰਦਾ ਕੱਲ੍ਹ ਨੂੰ ਸ਼ਰਮਿੰਦਾ ਨਾ ਹੋਵੇ ਯਾਰ। ਹਿਸਾਬ ਲਾ ਲਈ, 8 ਕਿਲੋ ਚੋਲ ਨਹੀਂ, ਦੂਜਾ ਬੱਚੇ ਨੂੰ ਛੱਡ ਦੇ। ਨਹੀਂ ਇਰਫਾਨ, ਕਿਲੋ ਕੁ ਬੱਚੇ ਨੂੰ ਛੱਡ ਦੀ, ਕਿਲੋ ਡੇਢ ਕਿਲੋ ਛੱਡ ਦੀ ਬੱਚੇ, ਤੈਨੂੰ ਪਤਾ ਹੀ ਹੋਵੇਗਾ ਵੀ ਇੱਥੇ 1.5 ਕਿਲੋ। ਅੱਠ ਕਿਲੋ ਹੋ ਗਿਆ? ਬਸ ਕਰ ਬਸ ਕਰ, ਨਾ ਚੋਈ ਬੱਚੇ ਨੂੰ ਛੱਡ ਦੇ। ਉੱਥੇ ਲੈ ਚੱਲ, ਬੱਚੇ ਨੂੰ ਛੱਡ ਦੇ। ਉਹ ਲਓ ਜੀ ਬੱਚੇ ਨੂੰ, ਅਜੇ ਚੰਗਾ ਭਲਾ ਦੁੱਧ ਖੜਾ, ਦੇਖੋ ਯਾਰ। ਅਸੀਂ ਦੇਖੋ ਜੀ, 1 ਮਿੰਟ ਇਹਨੂੰ ਤਾਂ ਢੱਕਣ ਦੇ ਦੇਣੀ, ਮੈਂ ਇੱਕ ਵਾਰੀ ਚੱਡਾ ਦਿਖਾ ਲਾਂ ਪਿੱਛੋਂ ਯਾਰ। ਲਓ ਜੀ ਚੱਡਾ ਨੁੱਚੜ ਗਿਆ, ਦੇਖਦੇ ਜੀ ਚੱਡਾ ਨੁੱਚੜ ਗਿਆ ਬਿਲਕੁਲ। ਅੱਛਾ ਭਾਈ ਇਰਫਾਨ, ਇਹਨੂੰ ਅਸੀਂ ਕਰ ਹੁਣ ਉਹ ਠੰਡਾ ਕਰ, ਗੜਵੀ ਲਿਆ, ਚੱਲ ਝੱਗ ਮਾਰ ਦੂ ਉਹਨੂੰ। ਝੱਗ ਹੈਗੀ, ਝੱਗ ਮਾਰ ਲੈ। ਤੂੰ ਉੱਠ ਗਿਆ, ਇੱਧਰ ਵੀਡੀਓ ਯਾਰ ਲੰਮੀ ਹੋ ਜਾਂਦੀ, ਗੜਵੀ ਫੜ ਲਓ ਦਾਦਾ।
ਬ੍ਰੇਕ ਲਾ ਲਾ ਅਗਲਾ ਕਹੇਗਾ ਪਾਣੀ ਪਾ ਦਿੱਤਾ ਬ੍ਰੇਕ ਲਾ ਕੇ। ਹਾਂ ਇਹ ਸਾਡਾ ਕਾਨੂੰਨ ਹੈ ਨਾ, ਜਲਦੀ ਕਰੀ ਯਾਰ। ਮਾੜਾ ਜਿਹਾ ਠੰਡਾ ਕਰ ਲਾ ਯਾਰ, ਆਪਾਂ ਠੰਡੇ ਦੁੱਧ ਦਾ ਗਰੰਟੀ ਦਿੱਤੀ ਉਹਦੀ। ਇੱਕ ਵਾਰੀ ਬਾਲਟੀ 'ਚ ਪਾ ਪੂ ਲੈ, ਝੱਗ ਮਾਰ ਜਾਏ। ਬਸ ਵੇਖ ਲਾ ਵੇਖ ਲਾ, ਚੱਲ ਤੂੰ ਨਹੀਂ ਨਹੀਂ ਇੱਕ ਵਾਰੀ ਵਿੱਚ ਪਾ ਜਾਂਦੇ ਬਾਲਟੀ 'ਚ ਪਹਿਲੀ ਤਾਂ ਸਾਰਾ ਦੁੱਧ ਝੱਗ ਮਾਰ ਜਾਏਗੀ ਯਾਰ। ਯਾਰ ਅਗਲੇ ਨੂੰ ਤਸੱਲੀ ਦਾ ਕਰਾ ਰਹੇ ਹਾਂ। ਕਿਉਂਕਿ ਅੱਗੇ ਦੋਸਤ ਲੋਕ ਚੈਨਲ ਵਾਲੇ ਵੀਡੀਓ ਬਣਾਉਂਦੇ ਨਾ, ਉਹ ਝੱਗ ਸਣੇ ਵੀ ਨਹੀਂ ਆਉਂਦੇ ਨੇ ਉਵੇਂ ਦਾ, ਭਾਵੇਂ ਕਿੰਨਾ 20 ਕਿਲੋ ਕਰਾ ਦਿਆਂ ਮੈਂ, ਲੇਕਿਨ ਮੇਰਾ ਅਸੂਲ ਹੈ ਮੈਂ ਝੱਗ ਮਰਾ ਕੇ ਬਿਲਕੁਲ ਕਿਲੋ ਘੱਟ ਜਾਵੇ, ਲੇਕਿਨ ਬੰਦਾ ਸ਼ਰਮਿੰਦਾ ਨਾ ਹੋਵੇ ਯਾਰ। ਕੱਲ੍ਹ ਨੂੰ ਕੋਈ ਦੋਸਤ ਆਵੇ ਤਸੱਲੀ ਨਾਲ ਝੱਗ ਮਾਰਦੇ 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 ਮਾਰਦੇ, ਕੋਈ ਗੱਲ ਨਹੀਂ ਯਾਰ, ਤਸੱਲੀ ਨਾਲ ਮਾਰ ਲੈਣ। ਹੁਣ ਤੋਂ ਚੰਗੀ ਤਰ੍ਹਾਂ ਲਾਖ ਗੜਵੀ ਮੂੰਹ ਤੋਂ ਤਲੇ ਦੀ ਮਾਰ। ਉਹਨੇ ਪਾਈਆ ਘੱਟ ਜਾ, ਕਿਲੋ ਘੱਟ ਜਾਵੇ ਤਾਂ ਕੋਈ ਗੱਲ ਨਹੀਂ, ਮਾਰੀ ਆ ਝੱਗ ਤਸੱਲੀ ਕਰ ਦੇ ਝੱਗ। ਚਲੋ ਠੀਕ ਹੈ, ਮੈਂ ਇੱਕ ਦੋ ਚਾਰ ਅਗਲ ਵੀ ਥੋੜ੍ਹੀ ਜਿਹੀ ਹੋਣੀ ਸੀ ਪੂਰੀ ਭਰਾ ਗਈ। ਪੰਜ ਸੱਤ ਬੱਚੇ ਨੂੰ ਫਿਰ ਦੁੱਧ ਛੱਡਣਾ ਸੀ, ਇਹ ਭਾਵੇਂ ਕੋਈ ਗੱਲ ਨਹੀਂ ਘੱਟ ਜਾਵੇ, ਗਲਵੀ ਘੱਟ ਜਾਵੇ। ਠੀਕ ਹੈ, ਸੱਤ ਹੀ ਸੱਤ ਹੀ ਲਾ ਦੂੰ। ਠੀਕ ਹੈ, ਸੱਤ ਤਾਂ ਕਿਲੋ ਬੱਚੇ ਨੂੰ ਲਾ ਲੈ, ਅੱਠ ਯਾਰ ਕਿਲੋ ਹੀ ਲਾ ਲੈ। 16 ਲੀਟਰ ਲਿਆ ਸੀ, 16 ਹੀ ਭਾਵੇਂ 2 ਕਿਲੋ ਵੱਧ ਹੀ ਹੋਵੇ, ਮੈਂ 16 ਦੱਸਾਂਗਾ। ਕੱਲ੍ਹ ਨੂੰ ਸ਼ਰਮਿੰਦਾ ਨਾ ਹੋਈਏ ਯਾਰ। ਚੱਲ ਦੂਜੀ ਮਾੜੀ ਨੰਬਰ 2 ਦੀ ਚਵਾਈ ਹੋ ਰਹੀ ਹੈ, ਕਿਉਂਕਿ ਮੈਂ ਇਨਸ਼ਾਅੱਲਾ ਦੋਸਤਾਂ ਲਈ ਜਨਮ ਕੰਮ ਕਰਾਂਗਾ। ਕੋਈ ਦੋਸਤ ਨਾ ਇੱਥੇ ਆਵੇ ਸ਼ਰਮਿੰਦਾ ਸ਼ਹਿਰ ਹੋਵੇ ਯਾਰ। ਮੁਰਤਜ਼ਾ ਤੂੰ ਦੱਸਿਆ ਸੀ ਅਸੀਂ ਸ਼ਰਮਿੰਦਾ ਸ਼ਹਿਰ ਹੋਈਏ, ਵੀ ਦੁੱਧ ਯਾਰ ਦੱਸਿਆ ਸੀ ਕਿੰਨਾ ਹੋਇਆ ਅਤੇ ਜਨਮ ਦੁੱਧ। ਹਾਲਾਂਕਿ ਉਹਦੇ ਥੱਲੇ 8 ਗੜਵੀਆਂ ਮੈਂ ਮਿਨੀਆਂ ਨੇ ਦੁੱਧ, ਉਹਦੇ ਥੱਲੇ ਕਿਲੋ ਬੱਚੇ ਨੂੰ ਵੀ ਲਾ ਦਿੱਤਾ ਵੀ 9 ਤੋਂ 18 ਕਿਲੋ ਹੈਗਾ, ਲੇਕਿਨ ਮੈਂ 16 ਲੀਟਰ ਦੀ ਗਰੰਟੀ ਦਿਆਂਗਾ, 16 ਤੋਂ ਵੱਧ ਦੇ। ਲੇਕਿਨ 16 ਲੀਟਰ ਜਿਵੇਂ ਮਰਜ਼ੀ ਕਿੱਥੇ ਮਰਜ਼ੀ ਦੋਸਤ ਮੇਰਾ ਚੋ ਕੇ ਲਵੇ ਆਉਣ 'ਤੇ, ਅਤੇ ਇਨਸ਼ਾਅੱਲਾ ਫੁੱਲ ਗਰੰਟੀਆਂ ਮੈਂ ਦਿਆਂਗਾ।
ਮੱਝ 20 ਲੀਟਰ ਦੁੱਧ ਉਹ ਕਰੇਗੀ? ਨਹੀਂ, ਦੁੱਧ ਚੰਗਾ ਮੱਝ ਦਾ। ਇਹਦੇ ਥੱਲੇ ਕਿੰਨਾ ਦੁੱਧ ਪੱਕਾ? 15 ਕਿਲੋ ਲਾ ਲਓ ਪੱਕਾ। ਬਾਬਾ ਤੁਸੀਂ ਕਿਲੋ ਮੈਂ ਘੱਟ ਦੱਸਾਂਗਾ, ਤੁਸੀਂ ਵੱਧ ਦੱਸੋ, ਕੋਈ ਗੱਲ ਨਹੀਂ। ਲੇਕਿਨ ਮੈਂ ਸ਼ਰਮਿੰਦਾ ਨਾ ਹੋਵਾਂ ਦੋਸਤ, ਇਹ ਨਾ ਕਹਾਂ ਇੱਥੇ ਆਵਣ ਯਾਰ ਕਿਲੋ ਦੁੱਧ ਵੱਧ ਹੋਵੇ, ਫਿਰ ਤਾਂ ਕੋਈ ਮਜ਼ਾ ਹੈ ਗੱਲ ਕੀਤੀ ਦਾ। ਮਾਸ਼ਾਅੱਲਾ ਮੱਝਾਂ ਦੁੱਧ ਵਾਲੀਆਂ ਨੇ, ਕਿਹੜਾ ਕਹਿੰਦੇ ਨਸੀਬਾਂ 'ਚ ਬਈ ਯਾਦ ਕਰੇਗਾ ਯਾਰ, ਦੋ ਮਗਰ ਹੀ ਕੱਟੀਆਂ ਨੇ ਮਾਸ਼ਾਅੱਲਾ। ਜਵਾਬ ਹੈ ਨਾ ਸਫੈਦ ਥੋੜਾ ਜਿਹਾ, ਦੋਵੇਂ ਘਰ ਦੀਆਂ। ਇਹ ਦੁੱਧ ਕਿੰਨਾ ਕਰ ਜਾਏਗੀ? ਮਾਸ਼ਾਅੱਲਾ ਮਾਸ਼ਾਅੱਲਾ, ਉਸ ਤੋਂ ਬਾਅਦ ਫਿਰ ਕੀ ਅਸੀਂ ਇਹਨਾਂ ਦੀ ਖਿਦਮਤ ਕਰਨੀ ਸੀ? ਮੱਝਾਂ ਮਾਸ਼ਾਅੱਲਾ ਤੇਰੀਆਂ ਚੰਗੀਆਂ ਨੇ, ਕੋਈ ਵੱਖੀ ਨਹੀਂ, ਕੋਈ ਧੁੰਨੀ ਕੌੜੀ ਨਹੀਂ। ਹੈਂ, ਉਹ ਚਾਚਾ ਨਸੀਬਾਂ ਦੀ ਗੱਲ ਹੈ। ਲੋਕ ਕਹਿ ਹੀ ਦਿੰਦੇ ਨੇ ਯਾਰ ਦੁੱਧ 20 ਲੀਟਰ ਮੱਝਾਂ ਦੁੱਧ ਦਿੰਦੀਆਂ, ਲੇਕਿਨ ਅੱਜ ਮੇਰੇ ਸਾਹਮਣੇ ਆਇਆ ਵਾਕਈ ਮੈਂ 20 ਲੀਟਰ ਦੁੱਧ ਦੇ ਸਕਦੀ। ਇਹ ਮੱਝਾਂ ਸਾਂਭੀਆਂ ਜਾਣ 20 ਲੀਟਰ ਤਾਂ ਕੋਈ ਮੁਸ਼ਕਲ ਨਹੀਂ, 16 ਲੀਟਰ ਦੁੱਧ ਜਾਂ ਖੁਰਾਕ ਪਾਈਏ ਤਾਂ 20 ਲੀਟਰ ਸਕੂਨ। 16 ਦਾ ਵੀ ਉਹਦੇ ਥੱਲੇ 18 ਹੈ, ਮੈਂ 16 ਦੱਸਿਆ। ਮਾਸ਼ਾਅੱਲਾ, ਅੱਲਾਹ ਪਾਕ ਨਸੀਬਾਂ ਹੀ ਕਰੇ ਲੈਣ ਵਾਲਿਆਂ ਦੇ ਵੀ ਔਰ ਦੇਣ ਵਾਲਿਆਂ ਦੇ ਵੀ। ਚੱਲ ਭਾਂਡਾ ਲਿਆ, ਮੈਂ ਤਾਰਾਂ ਚੈੱਕ ਕਰ ਲਿਆ। ਬਾਲਟੀ ਰਫੜਾ ਹਾਂ, ਥਣ ਚੈੱਕ ਕਰ ਲਾਂ। ਬਾਲਟੀ ਥੱਲੇ ਰੱਖ ਦੇ ਜੀ ਦੋਸਤੋ, ਬਿਲਕੁਲ ਖਾਲੀ ਬਾਲਟੀ, ਮੈਂ ਚੈੱਕ ਕਰ ਰਿਹਾ ਤਾਰਾਂ। ਨਹੀਂ ਮਾਸ਼ਾਅੱਲਾ ਚੁਆਈ ਮੱਝ ਦੀ ਚੰਗੀ। ਚੱਲ ਆ ਚੋ ਬਾਬਾ ਚੋ ਲਵੇ ਸੀਲ ਮਾਸ਼ਾਅੱਲਾ। ਕੱਟੀ ਨੂੰ ਯਾਰ ਪਰਾਂ ਬੰਨ ਲਈ, ਮੈਨੂੰ ਤੰਗ ਕਰੇਗੀ। ਪਹਿਲਾਂ ਗਾੜੀ ਚੋਣੀ ਤੂੰ ਆਪ ਚੋ ਯਾਰ, ਬਾਬੇ ਤੋਂ ਨੀ ਚੁੱਕਦੀ, ਬਾਬੇ ਨੂੰ ਨੀ ਖੱਟਦੀ।
ਆਰ ਚ ਹੋ ਗਿਆ ਚਾ ਬਾਬਾ ਭਰਾ ਜਾ ਮੁੰਡੇ ਨੂੰ ਚੋਣ ਦੇ ਫਿਰ ਕੱਚੀ ਤਾਂ ਆ ਇਹ ਕਿੰਨੇ ਕੁ ਦਿਨ ਹੋ ਗਿਆ ਸੂਈ ਨੂੰ ਪੰਜਵਾਂ ਛੇਵਾਂ ਦਿਨ ਜਦੋਂ 7 ਕਿਲੋ ਹੋ ਜਾਵੇ ਨਾ ਉਦੋਂ ਮੈਂ ਜਿਹਨੂੰ ਛੱਡ ਦੇਣਾ ਜੀ ਸੁਬਾ ਕਿੰਨੇ ਵਜੇ ਚੋਈਆਂ ਨੇ ਸੁਬਾ ਜੀ 5:30 ਵਜੇ ਉੱਠੀਗਾ ਛੇ ਵੱਜ ਜਾਂਦੇ 6:30 ਹੋ ਜਾਂਦੇ ਉੱਚੀ ਜਗ੍ਹਾ ਦਾ ਜਗਠਾਲੀ ਜੀ ਨਹੀਂ ਮੱਝ ਉੱਚੀ ਜਗ੍ਹਾ ਦਾ ਖਲੋਤੀ ਬਸ 7 ਕਿਲੋ ਹੋ ਜਾਵੇ ਨਾ ਵੇਖ ਲੈ ਵੀ ਝੱਗ ਠੰਡਾ 7 ਕਿਲੋ ਤਾਂ ਛੱਡ ਦੇਵੀ ਦੂਜਾ ਕੱਟੀ ਨੂੰ ਬਸ ਕਰ ਯਾਰ ਬਸ ਕਰ ਦੁੱਧ ਪੂਰਾ ਯਾਰ ਬਸ ਮੈਨੂੰ ਪਤਾ ਲੱਗ ਗਿਆ ਦੁੱਧ ਪੂਰਾ ਨਾ ਚੋ ਯਾਰ ਯਾਰ ਨਾ ਚੋ ਕੱਟੀ ਨੂੰ ਛੱਡ ਦੇ ਬਸ ਬਸ ਮੈਨੂੰ ਪਤਾ ਲੱਗ ਗਿਆ ਦੋਦਾਂ ਛੋ ਯਾਰ ਕੱਟੀ ਨੂੰ ਛੱਡ ਦੇ ਬਿਲਕੁਲ ਜੀ ਮੱਝ ਨੂੰ ਚੜ ਗਈ ਬਸ ਠੀਕ ਹੈ ਦੁੱਧ ਇਹਦਾ 15 ਦੱਸਿਆ ਸੀ ਹੈਂ
ਠੀਕ ਹੈ ਮਹਾਰਾਜ ਕੋਈ ਆ ਕੱਟੀ ਨੂੰ ਘਟ ਜਾਣਾ ਤਾਂ ਕੋਈ ਗੱਲ ਨਹੀਂ ਕੱਟੀ ਨੂੰ ਰੱਜ ਜਾਂਦੇ ਆ ਉਹਨੂੰ ਵੇਖਣ ਦੇ 6 ਕਿਲੋ ਯਾਰ ਦੁੱਧ ਹੈ 6 ਲਾ ਲਾ ਯਾਰ 6 ਲਾ ਲਾ ਕੋਈ ਮਸਲਾ ਨਹੀਂ 6 ਦੁੱਧ ਲਾ ਲਾ 6 ਲਾ ਲਾ ਯਾਰ ਦੁੱਧ ਠੀਕ ਉਮੀਦ ਕਰਨਾ ਅੱਜ ਦੀ ਵੀਡੀਓ ਦੋਸਤਾਂ ਨੂੰ ਬੜੀ ਪਸੰਦ ਆਵੇਗੀ ਅਤੇ ਇਨਸ਼ਾਅੱਲਾ ਕਿੰਨਾ ਦੱਸਿਆ ਭਾਈ ਇਹਨਾਂ ਦੁੱਧ ਇਨਸ਼ਾਅੱਲਾ ਮੈਂ ਗਰੰਟੀ ਨਾਲ ਪੂਰਾ ਕਰਾ ਕੇ ਦਿਆਂਗਾ ਅਗਰ ਦੁੱਧ ਨਾ ਹੋਵੇ ਇੰਨਾ ਕਿਉਂਕਿ ਮੈਂ ਆਉਣ ਜਾਣ ਦਾ ਕਿਰਾਇਆ ਦਿਆਂਗਾ ਉਸਤਾਦ ਨੇ 16 ਲੀਟਰ ਇੱਕ ਦਾ ਦੱਸਿਆ ਇੱਕ ਦਾ 15 ਅਤੇ ਮੈਂ ਇਨਸ਼ਾਅੱਲਾ ਕਿਲੋ ਦਾ ਵਾਧਾ ਘਾਟਾ ਉਹ ਮਾਫ਼ ਹੁੰਦਾ ਹੋ ਸਕਦਾ ਲੇਕਿਨ ਕਿਹੜੀ ਥੱਲੇ 16 ਲੀਟਰ ਦੁੱਧ ਦੱਸਿਆ 18 ਲੀਟਰ ਦੁੱਧ ਹੈ ਅਤੇ ਇਨਸ਼ਾਅੱਲਾ ਦੁੱਧ ਪੂਰਾ ਕਰਾ ਕੇ ਦਿਆਂਗਾ ਮੈਂ ਇਨਸ਼ਾਅੱਲਾ ਟਾਈਮ ਤੋਂ ਟਾਈਮ ਮੈਂ ਖਾਣਾ ਦਿਆਂ ਦਾ ਰਿਆਇਤ ਦਿਆਂਗਾ ਭਾਵੇਂ 3 ਦਿਨ 4 ਦਿਨ ਮੱਝਾਂ ਚੋਣ ਜਦ ਮਿਲਦੇ ਅਗਲੀ ਵੀਡੀਓ 'ਤੇ ਅੱਛੀ ਤੋਂ ਅੱਛੀ ਵੀਡੀਓ ਲੈ ਕੇ ਦੋਸਤਾਂ ਲਈ ਆਉਂਦੇ ਹਾਂ ਪਾਕਿਸਤਾਨ ਜ਼ਿੰਦਾਬਾਦ ਅੱਲਾ ਹਾਫਿਜ਼।